ਗੁਰੂ ਰੂਪਿਆਰੀ ਸਾਧ ਸੰਗਤ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਬੱਚਾ ਜੀ ਉੱਠ ਜਾ ਉਸ ਦੇ ਕੋجان ਸ਼ਾਹ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ ਜੀ ਸਿਰਲੇਖ ਦਿਆਂਗੇ ਸਿੱਖੀ ਕੀ ਹੈ ਤੇ ਖਾਲਸਾ ਹੋਣਾ ਕੀ ਹੈ ਆਓ ਪਿਆਰ ਨਾਲ ਸਰਵਣ ਕਰੀਏ ਸਿੱਖੀ ਇਉਂ ਇੱਕ ਤੀਬਰ ਉੱਚਾ ਪਿਆਰ ਹੈ ਸਿੱਖੀ ਇਉਂ ਇੱਕ ਤੀਬਰ ਉੱਚਾ ਪਿਆਰ ਹੈ ਇਹ ਅਲਗ ਦੀ ਲਾਟਾਂ ਪਬਕ ਮਾਰ ਦੀ ਭਗਤੀ ਹੈ ਉਹ ਟੱਲੀ ਖੜਕਾਣ ਵਾਲੀ ਤੇ ਤੂਬ ਦੀ ਪ੍ਰਤਿਮਾ ਪੂਜਾ ਕਰਨ ਵਾਲੀ ਤੇ ਨੀਵਾ ਨੀਵਾ ਕੰਗਲਾ ਕੰਗਲਾ ਦਾਸ ਦਾਸ ਹੋਣ ਵਾਲੀ ਨਿਮਾਣੀ ਜਈ ਪਿਉ ਮੋਇਆ ਰਬ થી ਸਖਣਿਆਂ ਦੀ ਭਗਤੀ ਨਹੀਂ ਹਾਂਜੀ ਉਹ ਟੱਲੀ ਖੜਕਾਣ ਵਾਲੀ ਤੇ ਤੂਬ ਦੀ प्रतिमा पूजा ਕਰਨ ਵਾਲੀ ਤੇ ਨੀਵਾ ਨੀਵਾ ਕੰਗਲਾ ਕੰਗਲਾ ਦਾਸ ਹੋਣ ਵਾਲੀ ਨਿਮਾਣੀ ਜਈ ਪਿਉ ਮੋਇਆ ਰੱਬ થી ਸਖਣਿਆਂ ਦੀ ਭਗਤੀ ਨਹੀਂ ਇਹ ਦੁਰਗਾ ਵਾਂਗ ਭਗਤੀ ਸਿੰਘ ਦੀ ਪਿੱਠੋ ਤੇ ਚੜਦੀ ਕੋਈ ਪ੍ਰਾਕਰਮ ਵਾਲੀ ਭਗਤੀ ਹੈ ਹੈ ਭਗਤੀ ਹੀ ਉਹ ਅਨਜਾਨ ਹਨ ਜੋ ਸਿੱਖੀ ਨੂੰ ਇੱਕ ਨਵੀਂ ਹੋਰ ਨਾ ਉਮਤਾ ਵਾਂਗ ਇੱਕ ਉਮਤ ਸਮਝਦੇ ਹਨ ਯਾ ਸੈਕਟ ਯਾ ਸੰਪਰਦਾ ਕੋਈ ਨਵੀਂ ਬਰਾਦਰੀ ਜਾਂ ਕੋਈ ਸੰਗਠਨ ਨਹੀਂ ਇਹ ਤਾਂ ਇੱਕ ਜ਼ਿੰਦਗੀ ਹੈ ਤੇ ਕੁਲ ਜ਼ਿੰਦਾ ਚੀਜ਼ਾਂ ਦਾ ਅੰਦਰਲਾ ਸੁਭਾਅ ਹੈ ਮੈਨੂੰ ਤਾਂ ਸਭ ਸ੍ਰਿਸ਼ਟੀ ਖਾਲਸਾ ਹੋਣ ਨੂੰ ਲੋਚਦੀ ਦਿਸਦੀ ਹੈ ਖਾਲਸਾ ਹੋਣਾ ਰੱਬ ਦਾ ਹੋਣਾ ਆਪਣੇ ਅਸਲੇ ਨੂੰ ਪਹਿਚਾਨਣਾ ਕੋਈ ਮੁਰਦਾ ਤੇ ਬਨਾਵਟੀ ਗੱਲ ਹੈ ਇਹ ਤਾਂ ਫਿਤਰਤ ਹੀ ਕਮਾਲਤਾ ਹੈ ਖਾਲਸਾ ਹੋਣਾ ਨਿਖਾਲ ਸਜਣਾ ਇਹ ਤਾਂ ਸਦੀਆਂ ਦੀ ਖੇਡ ਹੈ ਫਿਰ ਨੋ ਰਾਹ ਦਈਏ ਖਾਲਸਾ ਹੋਣਾ ਨਿਖਾਲ ਸਜਣਾ ਇਹ ਤਾਂ ਸਦੀਆਂ ਦੀ ਖੇਡ ਹੈ ਇੱਕ ਹੀਰਾ ਸਮਾਂ ਪਾ ਕੇ ਬਣਦਾ ਹੈ ਇਹ ਮਾਦੇ ਦੇ ਹੌਲੇ ਹੌਲੇ ਫੁੱਟ ਕੇ ਰਬੀ ਜੋਤ ਵਿੱਚ ਚਮਕਣਾ ਹੈ ਕੁੱਲ ਮਾਦੀ ਦੁਨੀਆ ਤੇ ਪਦਾਰਥ ਇਸ ਦੀਵੇ ਦੀ ਬੱਤੀ ਖਾਤਰ ਤੇਲ ਰੂਪ ਬਣਾਉਂਦਾ ਹੈ ਇਹ ਸਿੱਖੀ ਦੀ ਦਾਤ सतगुरु की हथ है जिसनू पावे तिसू देवे सारा जगत आप दा बाग है सब मनुख नर नारी आप दे बनते हैं है नैन एक है कान एक है देह एक है बान खाक बाद आतशो आप को रलाओ है अल्लाह है अलह अपेक सोई पुरान और कुरान ओही एक ही स्वरूप सब एक ही बनाओ है मनिया एक अद्धी कौम बेमुख होगी ਸਿੱਖ ਅਖਵਾ ਕੇ ਗੁਰੂ ਬਾਬੇ ਦੇ ਨਾਮ ਲੇਵਾ ਹੋ ਕੇ ਸੁੱਚੇ ਰਹਾ ਨਹੀਂ ਪਵੇਗੀ ਤੇ ਸਿੱਖੀ ਛੱਡ ਬੈਠੇਗੀ ਮਨਿਆ ਇੱਕ ਅੱਧੀ ਕੌਮ ਬੇਮੁਖ ਹੋਵੇਗੀ ਸਿੱਖ ਅਖਵਾ ਕੇ ਗੁਰੂ ਬਾਬੇ ਦਾ ਨਾਮ ਲੇਵਾ ਹੋ ਕੇ ਸੁੱਚੇ ਰਹਾ ਨਹੀਂ ਪਵੇਗੀ ਤੇ ਸਿੱਖੀ ਛੱਡ ਬੈਠੇਗੀ ਤਦ ਇਹ ਆਦਰਸ਼ ਪਿਆਰ ਕੋਈ ਹੋਰ ਧਰਤੀ 'ਪਾਣ ਫੁੱਟੇਗਾ ਮਜ਼ਹਬ ਉਹ ਮਰਦਾ ਹੈ ਜੋ ਬਾਰੋਂ ਕਸੂੜਿਆ ਜਾਵੇ ਜਿਹੜਾ ਅੰਦਰ ਦੇ ਲਗਨ ਵਾਂਗ ਕੁਦਰਤੀ ਤੌਰ ਤੇ ਸੋਮੇ ਵਾਂਗੂ ਫੁੱਟੇਗਾ ਉਹ ਅਮਰ ਹੈ ਜਿਹੜੀ ਕੋਈ ਖੌਮ ਇਹ ਆਪਾ ਚੀਨਣ ਦਾ ਅਦਰਸ਼ ਰਬ ਦੇ ਗਿਆਨ ਦੀ ਤਾੰਗ ਧਾਰਨ ਕਰੇਗੀ ਉਹ ਬਿਨਾ ਪਖਪਾਤ ਬਿਨਾ ਜਾਤ ਪਾਤ ਬਿਨਾ ਰੰਗ ਤੇ ਮੁਲਕ ਤੇ ਸਮੇ ਤੇ ਕਾਲ ਦੇ ਪੇਦਾਂ ਤੇ ਫਰਕਾਂ ਦੇ ਗੁਰੂ ਬਾਝਾਂ ਵਾਲੇ ਦੀ ਖਾਲਸਾ ਬਣਨਿਕਲੇਗੀ ਤੇ ਜੋ ਖਾਲਸਾ ਹੋਵੇਗਾ ਉਹ ਇਸ ਸਦਾ ਜਾਗਦੇ ਦੇਵ ਦਾ ਨਾਮ ਲੇਵਾ ਹੋਵੇਗਾ ਹਾਂਜੀ ਜੋ ਖਾਸਾ ਹੋਵੇਗਾ ਉਹ ਇਸ ਸਦਾ ਜਾਗਦੇ ਦੇਵ ਦਾ ਨਾਮ ਲੇਵਾ ਹੋਵੇਗਾ ਮਨਿਆ ਕੇ ਸਿੱਖ ਨਾਮ ਤੇ ਖਾਲਸ ਨਾਮ ਰੱਖਣ ਤੇ ਰਖਵਾਉਣ ਨਾਲ ਬਿਨਾਂ ਅੰਦਰਲੀ ਜੋਤ ਦੇ ਜਗੇ ਬਿਨਾਂ ਇਸ ਇਲਾਹੀ ਇਸ਼ਕ ਦੇ ਡੰਗੇ ਖੁਦਗਰਜ਼ੀ ਮਰ ਨਹੀਂ ਸਕਦੀ ਮੁਲਕ ਗੀਰਿਆਂ ਦੀ ਚਾ ਮਿਟ ਨਹੀਂ ਸਕਦੀ ਧਨ ਦਾਰਾ ਸੰਪਤ ਦੇ ਲਾਲਚ ਛੁੱਟ ਨਹੀਂ ਸਕਦੇ ਨਿੱਕੀ ਮੈਂ ਦੀ ਪੂਜਾ ਬੰਦ ਨਹੀਂ ਹੋ ਸਕਦੀ ਹਨੇਰਾ ਕਦੀ ਚਾਨਣਾ ਨਹੀਂ ਹੋ ਸਕਦਾ ਪਰ ਨਾਲੇ ਇਹ ਵੀ ਉਤਨੇ ਹੀ ਜ਼ੋਰ ਨਾਲ ਮੰਨਣਾ ਪਵੇਗਾ ਕਿ ਸਿੱਖੀ ਦੀ ਜੁਗੋ ਜੁਗ ਆਈ ਰੱਬ ਦੀ ਜੋਤ ਇੱਕ ਸਮੇਂ ਦੀ ਖਲਕ ਦੀ ਗਲਤ ਚਾਲੀ ਨਾਲ 부ਝ ਨਹੀਂ ਸਕਦੀ ਸਿੱਖੀ ਅਟਲ ਹੈ ਅਮਰ ਹੈ ਫਿਰ ਦੁਰਾ ਦਈਏ ਮਨਿਆ ਕੇ ਸਿੱਖ ਨਾਮ ਤੇ ਖਾਲਸ ਨਾਮ ਰੱਖਣ ਤੇ ਰਖਵਾਉਣ ਨਾਲ ਬਿਨਾ ਅੰਦਰਲੀ ਜੋਤ ਦੇ ਜਗੇ ਬਿਨਾ ਇਸ ਇਲਾਹੀ ਇਸ਼ਕ ਦੇ ਡੰਗੇ ਖੁਦਗਰਜ਼ੀ ਮਰ ਨਹੀਂ ਸਕਦੀ ਮੁਲਕਗੀਆਂ ਦੀ ਚਾਹ ਮਿਟ ਨਹੀਂ ਸਕਦੀ ਤਨ ਦਾਰਾ ਸੰਪਤ ਦੇ ਲਾਲਚ ਛੁੱਟ ਨਹੀਂ ਸਕਦੇ ਨਿੱਕੀ ਮੈਂ ਦੀ ਪੂਜਾ ਬੰਦ ਨਹੀਂ ਹੋ ਸਕਦੀ ਹਨੇਰਾ ਕਦੀ ਚਾਨਣਾ ਨਹੀਂ ਹੋ ਸਕਦਾ ਪਰ ਨਾਲੇ ਇਹ ਵੀ ਉਤਨੀ ਜ਼ੋਰ ਨਾਲ ਮੰਨਣਾ ਪਵੇਗਾ ਕਿ ਸਿੱਖੀ ਦੀ ਜੁਗੋ ਜੁਗ ਆਈ ਰੱਬ ਦੀ ਜੋਤ ਇੱਕ ਸਮੇਂ ਦੇ ਖਲਕ ਦੀ ਗਲਤ ਚਾਲੀ ਨਾਲ ਬੁਝ ਨਹੀਂ ਸਕਦੀ ਸਿੱਖੀ ਅਟਲ ਹੈ ਅਮਰ ਹੈ ਇਹ ਸਤਿਗੁਰੂ ਜਾਗਤਾ ਹੈ ਦੇਵ ਸਤਿਗੁਰੂ ਆਦ ਗੁਰੂ ਜੁਗਾਦ ਗੁਰੂ ਗੁਰਦੇਵ ਪਿਆਰ ਕਰਨ ਵਾਲੇ ਸ਼ਖਸੀ ਜ਼ਾਤੀ ਸ਼ਰੀਰੀ ਰੱਬ ਦਾ ਮਨੁੱਖ ਮਾਤਰ ਲਈ ਇੱਕ ਬਿਰਦ ਪਾਲਕ ਸੰਕਲਪ ਹੈ ਇਸ ਬਿਰਦ ਨੇ ਊਰੇ ਨਹੀਂ ਰਹਿਣਾ ਇਸ ਅਮਿਤ ਪਿਆਰ ਨੇ ਸਭ ਨੂੰ ਸਿੱਖੀ ਧਾਰਨ ਕਰਵਾਣਾ ਹੈ ਸਭ ਨੇ ਰੱਬ ਬਣਨਾ ਹੈ ਤੇ ਇਸ ਦੀ ਨਰ ਉਗਦੀ ਜਾਏਗੀ ਉਹ ਗੁਰਮੁਖੀ ਫੇਰੇ ਸਤਗੁਰੂ ਦੇ ਹੁਕਮ ਨਾਲ ਇਸ ਸੰਸਾਰ ਉਤੇ ਇਸ ਜੋਤ ਨੂੰ ਪਾਪਾ ਇਸ ਪਿਆਰ ਨੂੰ ਅਨੇਕ ਵਾਰੀ ਜਗਾਏਗੀ ਫਿਰ ਦੁਹਰਾ ਦਈਏ ਸਤਗੁਰੂ ਆਦਗੁਰੂ ਜੁਗਾਦਗੁਰੂ ਗੁਰਦੇਵ ਪਿਆਰ ਕਰਨ ਵਾਲੇ ਦਾ ਮਨੁੱਖ ਮਾਤਰ ਲਈ ਇੱਕ ਬਿਰਧ ਪਾਲਕ ਸੰਕਲਪ ਹੈ ਕਿ ਇਸ ਬਿਰਧ ਨੇ ਉਰੇ ਨਹੀਂ ਰਹਿਣਾ ਇਸ ਅਮਿਤ ਪਿਆਰ ਨੇ ਸਭ ਨੂੰ ਸਿੱਖੀ ਧਾਰਨ ਕਰਾਉਣਾ ਹੈ ਸਭ ਨੇ ਰੱਬ ਬਣਨਾ ਹੈ ਤੇ ਇਸ ਦੀ ਨਰ ਪੁਗਦੀ ਜਾਏਗੀ ਉਹ ਗੁਰਮੁਖੀ ਫੇਰੇ ਸਤਗੁਰ ਦੇ ਹੁਕਮ ਨਾਲ ਇਸ ਸੰਸਾਰ ਵਿੱਚ ਇਸ ਜੋਤ ਨੂੰ ਪਾਪਾ ਇਸ ਨੂੰ ਅਨੇਕ ਵਾਰੀ ਜਗਾਏਗੀ ਬੁਝੀਆਂ ਇਸੀਆਂ ਜੋਤਾਂ ਨੂੰ ਮੁੜ ਮੁੜ ਜਗਾਣਗੇ ਮੁੜ ਮੁੜ ਹਿਸਣਗੇ ਸਾਰੇ ਜਗਤ ਵਿੱਚ ਅਨੇਕਾਂ ਤਾਰਿਆਂ ਦੀ ਜਗਮਗ ਹੋਵੇਗੀ ਅਨੇਕਾਂ ਜੋਤਾਂ ਦੀ ਜਗਮਗ ਹੋਵੇਗੀ ਇਸ ਸਿੱਖੀ ਜਗਤ ਦੇ ਆਉਣ ਵਾਲਾ ਸੋਹਣਾ ਰੂਪ ਹੈ ਜਾਗਤ ਜੋਤ ਜਪੈ ਨਿਸਬਾਸਰ ਇੱਕ ਬਿਨਾਮਨ ਨਾਇਕ ਨ ਆਨੇ ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ ਤੀਰਥ ਦਾਨ ਦਇਆ ਤਪ ਸੰਜਮ ਇੱਕ ਬਿਨਾ ਨਹ ਇੱਕ ਪਛਾਨੇ ਪੂਰਨ ਜੋਤ ਜਗੈ ਘਟ ਮੇ ਤਬ ਖਾਲਸ ਤਾਂ ਹੈ ਨਾ ਖਾਲਸ ਜਾਨੇ ਦੁਨੀਆ ਹਨੇਰੇ ਵਿੱਚ ਤੇ ਪਛਮੀ ਸਿਆਣੇ ਉਸ ਟਿਕਾਣੇ ਪਹੁੰਚੇ ਹਨ ਕਿ ਉਹ ਕਹਿ ਉੱਠੇ ਹਨ ਕਿ ਉਹਨਾਂ ਦੀ ਸਭਿਅਤਾ ਦੀ ਮੂਲਕੀ ਯਾਨੀ ਪੋਲੀਟੀਕਲ ਤੇ ਸਮਾਜਿਕ ਸੋਸ਼ਲ ਐਂਡ ਸਿਵਿਕ ਮਾਮਲਿਆਂ ਵਿੱਚ ਸਾਰੀ ਸੁਰਤ ਗੱਡੀ ਪਈ ਹੈ ਤੇ ਅੰਦਰ ਦੀ ਹਕੀਕਤ ਸੱਚ ਸੁਹਾਣਾ ਤੇ ਉਨਤੀ ਤੇ ਸ਼ਾਂਤ ਤੇ ਉਜਾਲਾ ਤੇ ਪਿਆਰ ਸਾਰਾ ਤਕਰੀਬਨ ਭੁੱਲ ਗਿਆ ਹੈ ਰੂਹ ਦਾ ਪਤਾ ਥੋ ਵੀ ਨਹੀਂ ਆਦਮੀ ਇੱਕ ਮਸ਼ੀਨ ਦਾ ਪੁਰਜ਼ਾ ਹੋ ਗਿਆ ਹੈ ਇਸ ਕਾਲੇ ਲੋਹੇ ਦੀ ਬਣੀ ਸભ્યਤਾ ਦੇ ਭੂਤ ਹੀ ਡਰ ਖਾ ਰਹੇ ਹਨ ਉਹ ਕਹਿ ਰਹੇ ਹਨ ਉਹਨਾਂ ਦੀ ਸભ્યਤਾ ਇੱਕ ਕਾਨੂੰਨੀ ਨਿਰਜਿੰਦ ਜਈ ਚੀਜ਼ ਹੈ ਇਸਨੇ ਆਪਣੀ ਉਮਤ ਨੂੰ ਮਾਰ ਕੇ ਛੱਡਣਾ ਹੈ ਔਰ ਉਹ ਨਿਯੋਤਾ ਦਿੰਦੇ ਹਨ ਕਿ ਅੰਦਰਲੀ ਤਬੀਅਤ ਦੀ ਤਬੀਅਤ ਸਵਾਰਨ ਵਾਲੀ ਸભ્યਤਾ ਦੀ ਲੋੜ ਹੈ ਅਫਸੋਸ ਹੈ ਕਿ ਅਸੀਂ ਸਿੱਖ ਅਖਵਾਣ ਵਾਲੇ ਸਤਗੁਰਾਂ ਦੇ ਨਾਮ ਲੇਵਾ ਹੋ ਕੇ ਇਸ ਕਾਲੇ ਭੂਤ ਪਿੱਛੇ ਸਤਗੁਰਾਂ થી ਮੁਖ ਮੋੜ ਰਹੇ ਹਾਂ ਬਾਵਲੇ ਹੋਏ ਜਾ ਰਹੇ ਹਾਂ ਧਿਆਨ ਦੇਣਾ ਜੀ ਅਫਸੋਸ ਹੈ ਕਿ ਅਸੀਂ ਸਿੱਖ ਅਖਵਾਣ ਵਾਲੇ ਸਤਗੁਰਾਂ ਦੇ ਨਾਮ ਲੇਵਾ ਹੋ ਕੇ ਇਸ ਕਾਲੇ ਭੂਤ ਪਿੱਛੇ ਸਤਗੁਰਾਂ થી ਮੁਖ ਮੋੜ ਰਹੇ ਹਾਂ ਬਾਵਲੇ ਹੋਏ ਜਾ ਰਹੇ ਹਾਂ ਪਰ ਭਾਵੇਂ ਕੁਝ ਕਰੀਏ ਬੁੱਲੇ ਸ਼ਾਨ ਅਲ ਆਖਰ ਹਾਰ ਕੇ ਥੱਕ ਕੇ ਕਹਿਣਾ ਪਵੇਗਾ ਸਾਨੂੰ ਨਹੀਂ ਸਭ ਨੂੰ ਮਨੁੱਖ ਨੂੰ ਹਰ ਇੱਕ ਨਰ ਨਾਰੀ ਨੂੰ ਹਰ ਇੱਕ ਕੌਮ ਨੂੰ ਹਰ ਇੱਕ ਬਰਾਦਰੀ ਨੂੰ ਕਿ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ ਹੋਰ ਕਿਧਰੇ ਇਹ ਗੱਲ ਮੁੱਕਣੀ ਨਹੀਂ ਉਹ ਲੋਕੀ ਜੋ ਸਿੱਖੀ ਦੇਖਣਾ ਚਾਹੁੰਦੇ ਹਨ ਉਹ ਸਿੱਖਾਂ ਦੇ ਜੀਵਨ ਵਿੱਚ ਦੇਖ ਕਲਗੀਆਂ ਵਾਲੇ ਦੇ ਪਿਆਰਾਂ ਦੇ ਪਿਆਰ ਵਿੱਚ ਟਕਣ ਪਰ ਉਹ ਦੇਖਣ ਵਾਲੀ ਅੱਖ ਕਿੱਥੇ ਹੈ ਜਿਨ੍ਹਾਂ ਨੂੰ ਉਹ ਜੋਤ ਦੇਖਣ ਦੀ ਤਾਕਤ ਹੈ ਉਹ ਬੁੱਧੂ ਸ਼ਾਹ ਜੀ ਸਡੋਰੇ ਵਾਲਿਆਂ ਤੇ ਉਹਨਾਂ ਦੀ ਸੁਹਾਣੀ ਨਸੀਰਾਂ ਤੇ ਨਸੀਰਾਂ ਦੇ ਵੀਰ ਸੈਦ ਖਾਨ ਜੀ ਦੇ ਜੀਵਨ ਵਿੱਚ ਵੇਖਣਗੇ ਤੇ ਉਸ ਇਲਾਹੀ ਕਰਿਸ਼ਮੇ ਵਿੱਚ ਉਹਨਾਂ ਨੂੰ ਨਿਰੋਲ ਦਾ ਦਿਦਾਰ ਹੋਵੇਗਾ ਹਾਂ ਮੁਰਦਾ ਚੀਜ਼ ਨਹੀਂ ਕੋਈ ਧਰਮ ਕਰਮ ਨਹੀਂ ਕੋਈ ਹੱਥ ਜਪ ਤਪ ਪੂਜਾ ਪਾਠ ਨਹੀਂ ਯੋਗ ਸਮਾਧੀਆਂ ਅਖਨੂਟੀਆਂ ਕੰਕਰਾਂ ਵਿੱਚ ਨਹੀਂ ਬੈਠੀਆਂ ਗਰੀਬਾਂ ਦੀਆਂ ਮਾਵਾਂ ਭੈਣਾਂ ਔਰਤਾਂ ਦੀ ਪਤ ਖਰਾਬ ਹੁੰਦੀ ਦੇਖ ਗੁਰੂ ਕੀ ਸਿੱਖ ਅਖਨੂਟ ਕੇ ਬਹਿਣਾ ਰੂਹਾਨੀ ਉੱਚ ਵੀ ਨਹੀਂ ਸਮਝਦੇ ਕੋੜਿਆਂ ਦੀਆਂ ਨੰਗੀਆਂ ਪਿੱਠਾਂ ਖਾਲਸੇ ਦੀਆਂ ਯਗਕੁੰਦਰਾ ਹਨ ਤਲਵਾਰਾਂ ਸੂਤੀਆਂ ਨੰਗੀਆਂ ਚਮਕਦੀਆਂ ਵਿੱਚ ਉਹ ਆਪਣੇ ਪਾਰ ਬ੍ਰਹਮ ਨਾਲ ਜੁੜੇ ਪਏ ਹਨ ਜ਼ਾਲਿਮਾਂ ਨੂੰ ਉਹਨਾਂ ਦਾ ਜ਼ੁਲਮ ਮਾਰ ਰਿਹਾ ਸੀ ਉਹ ਆਪ ਆਪਣੇ ਸਿਰ ਉਤਾਰ ਰਹੇ ਸਨ ਸਿੱਖਾਂ ਖਾਲਸੇ ਦੇ ਜੰਗ ਮਾਇਆ ਵੀ ਸਫਲੇ ਸਨ ਉਹਨਾਂ ਦੇ ਅੰਦਰ ਦਾ ਸੱਚ ਬਚ ਰਿਹਾ ਸੀ ਅੰਦਰ ਜਾਗਰਤ ਸੀ ਬਾਹਰ ਦੀ ਕਿਰਿਆ ਸਭ ਸੁਪਨੇ ਵਿੱਚ ਸੀ ਹਾਂਜੀ ਅੰਦਰ ਜਾਗਰਤ ਸੀ ਤੇ ਬਾਹਰ ਦੀ ਕਿਰਿਆ ਸਭ ਸੁਪਨੇ ਵਿੱਚ ਸੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ